ਅਸਲਾਮੁਅਲੈਕੁਮ, ਹਾਂਜੀ ਵੀਰੋ, ਕੀ ਹਾਲ ਚਾਲ ਹੈ? ਪਿੱਛੋਂ ਉਮੀਦ ਕਰਦਾ ਸਭ ਖੈਰੀਅਤ ਹੋਵੋਗੇ। ਕਰਦੇ ਹਾਂ ਜੀ ਅੱਜ ਦਾ ਵਲੌਗ ਸ਼ੁਰੂ। ਅਤੇ ਮੈਂ ਆਇਆ ਹੋਇਆ ਵਾਂ ਅਤੇ ਮੈਨੂੰ ਥੋੜ੍ਹਾ ਜਿਹਾ ਕੰਮ, ਦੋ ਚੀਜ਼ਾਂ ਲੈਣੀਆਂ ਸਨ। ਅਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਅਤੇ ਹੈਲੋ ਮੂਵੀ ਬਾਈ, ਆ ਗਏ ਸਨੈਕਸ ਆਪ ਕੇ? ਕੋਈ ਨਹੀਂ ਮੱਛਰਾਂ ਚੀਮੇ ਦੀਆਂ ਗੱਲਾਂ ਹੀ ਹੋਰ ਬਸ ਇਹੀ ਬੋਲ ਰਹੇ। ਇੱਕ ਤੇ ਤੂੰ ਮਸੂਬ ਬਹੁਤ ਹੁੰਦਾ ਜਦੋਂ ਤੇਰੇ ਕੋਲ ਆ ਜਾਈਏ ਚੀਮੇ ਨੂੰ। ਤੇਰਾ ਇੰਤਜ਼ਾਰ ਕਰੇ, ਤੂੰ ਪਿੱਛੇ ਮੁੜ ਗਿਆ। ਇੱਧਰ ਆ, ਪਿੱਛੇ ਲੁਕਣ ਡਿਆ, ਕਿੱਧਰ ਲੁਕ ਰਿਹਾ? ਇੱਧਰ ਆ, ਇੱਧਰ ਆ। ਆ ਲਓ ਜੀ, ਆ ਗਿਆ ਸਾਡਾ ਬੱਬਰ ਸ਼ੇਰ ਚੀਮਾ। ਚੀਮਿਆ ਹੁਣ ਹੱਥ ਹਿਲਾ ਦੇ, ਵੇਖਣ ਵਾਲਿਆਂ ਨੂੰ ਸਾਰੇ ਤੈਨੂੰ ਵੇਖਣ ਨੂੰ ਬੇਤਾਬ ਨੇ। ਹੱਥ ਹਿਲਾ ਦੇ ਹੁਣ, ਇੱਧਰ ਸਾਹਮਣੇ ਆ। ਕਹਿ ਫਿਰ ਹੁਣ ਇੱਕ ਵਾਰੀ, ਕਹਿ ਚੈਨਲ ਸਬਸਕ੍ਰਾਈਬ ਕਰ ਦੋ। ਓ ਇੱਧਰ, ਇੱਧਰ ਆ, ਕਹਿ ਕਹਿ। ਨਹੀਂ ਨਹੀਂ, ਕਹਿ ਕਹਿ ਕਹਿ, ਹੈ ਉੱਚੀ ਦੀਦੀ। ਇੱਕ ਵਾਰੀ ਕਹਿ ਚੈਨਲ ਸਬਸਕ੍ਰਾਈਬ ਕਰ ਦੋ, ਵੀਡੀਓ ਨੂੰ ਲਾਈਕ ਕਰ ਦੋ ਤੇ ਸ਼ੇਅਰ ਵੀ ਕਰ ਦੋ, ਹਾਂ ਕਮੈਂਟ ਵੀ ਕਰ ਦਿਓ। ਇੱਕ ਕੋਈ ਵੀ ਪਿਆਰੇ ਜੀ, ਕੋਈ ਵੀ ਸੁਣਾ ਦੇ। ਨਹੀਂ ਨਹੀਂ, ਤੂੰ ਦੱਸ ਜੋ ਤੇਰਾ ਦਿਲ ਕਰੇ ਸੁਣਾ ਦੇ। ਹੈਂ, ਹਾਂ ਕਹਿ, ਘਬਰਾਉਣਾ ਨੀ। ਹੈਂ, ਹਾਂ ਠੀਕ ਹੋ ਗਿਆ। ਇੱਕ ਵਾਰੀ ਅੱਜ ਕਰ ਦੇ ਫਿਰ। ਹੈਂ, ਇਹ ਤੇਰੀ ਖੈਰ। ਅੱਜ ਮਿੱਟੀ ਪਵਾ ਰਹੇ ਹਾਂ ਡੇਰੇ 'ਚ। ਬਾਰਿਸ਼ ਦੀ ਵਜ੍ਹਾ ਤੋਂ ਵਾਹਵਾ ਖੋਭਾ ਬਣ ਗਿਆ ਸੀ, ਪਿਛਲੀ ਵੀਡੀਓ 'ਚ ਵੇਖਿਆ ਹੋਣਾ ਤੁਸੀਂ। ਅਤੇ ਇਸ ਕਰਕੇ ਫਿਰ ਮਿੱਟੀ ਦੀਆਂ ਚਾਰ ਟਰਾਲੀਆਂ ਸਟਾਈਆਂ ਤਾਂ ਕਿ ਮਾਲ ਡੰਗਰ ਨੂੰ ਆਸਾਨੀ ਰਹੇ। ਉੱਪਰ ਹੋ ਜਾ ਪਿੱਛੋਂ, ਨਹੀਂ ਵੀ ਅੱਗੇ ਰੂੜੀ ਪਈ ਏ, ਟਾਇਰ ਬਹਿ ਗਿਆ ਟਰਾਲੀ ਦਾ। ਪਰ ਅੱਗੇ ਵੀ ਫੀਅਟ 640 ਹੈ, ਕੋਈ ਮਾੜੀ ਚੰਗੀ ਗੱਲ ਤੇ ਨਹੀਂ ਹੈ ਕਿ ਨਾ ਚੜੇ। ਤੇਰੀ ਖੈਰ, ਵੇਖੋ ਚੜ੍ਹਦੀ ਹੈ ਕਿ ਨਹੀਂ, ਜੇ ਇੱਥੇ ਮੋਦੀ ਕਰਦਾ। ਨਹੀਂ ਚੜ੍ਹੀ ਵੀ ਉੱਤੇ, ਇਸ ਕਰਕੇ ਇੱਥੇ ਪਿੱਛੇ ਲਵਾਉਣ ਲੱਗੇ ਹਾਂ। ਇੱਥੇ ਸਟਾਲ ਲੱਗੀ ਹੈ ਹੁਣ। ਬੱਲੇ ਬੱਲੇ ਆ ਜਵਾਨਾ। ਇਹ ਲਓ ਜੀ, ਟਰਾਲੀ ਹੋ ਗਈ ਬਿਲਕੁਲ ਵਿਹਲੀ। ਹੁਣ ਹੋਰ ਦੋ ਟਰਾਲੀ ਲੇਟ ਹੋ ਗਿਆ ਮਾਲ ਨੂੰ ਪੱਠੇ ਪਾਉਣ ਦੇ।
5 ਸਕਿੰਟ ਲਾਵਾਂ ਪੱਠੇ ਪਾ ਕੇ ਪਰਾਂ। ਉਧਰ ਕਿੱਲੇ ਤੇ ਆ ਗਈਆਂ ਵਾ ਮੱਝਾਂ, ਬਾਸ਼ੋ ਪੱਠੇ ਪੈ ਗਏ ਨੇ ਉਹਨਾਂ ਨੂੰ, ਇਹ ਪਾਰ ਲਈ ਲਾ ਕੇ ਜਾਈਏ ਯਾਰ। ਆ ਵੇਖ ਲਾ ਆਂਦੇ ਆਂਦੇ ਪਾਣੀ ਤੇ ਆ ਰਹੀਆਂ ਵਾ। ਇਹ ਕਿੱਧਰ? ਇਹ ਬਾਹਰ। ਉਹ ਪਾਣੀ ਕੋਈ ਨਹੀਂ ਪਿਆ ਸੀ। ਪਾਣੀ ਕੋਈ ਨਾ ਪਿਲਾਇਆ ਭੋਲੇ ਸਵੇਰੇ। ਉਹ ਤਾਂ ਲੱਗ ਗਈ ਆਰਾਮ ਨਾਲ ਪੱਠੇ ਖਾਣ। ਹਾਂਜੀ ਹਾਂਜੀ ਸਰ, ਮਿੰਟ ਮਾਰ ਮਿੰਟ ਮਾਰ, ਫਿਰ ਆਪਾਂ ਮਿੱਟੀ ਸੁੱਟਣੀ ਹੈ। ਹਲੇ ਉਧਰ ਵੀ ਫਿਰ ਮੌਸਮ ਖਰਾਬ ਹੋਣਾ ਤਾਂ ਫਿਰ ਖੋਬਾ ਹੋ ਜਾਣਾ। ਚੱਲ 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 ਮਿੰਟ ਕਰ, ਬੰਦੇ 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 ਲੈ, ਇੱਕ ਝੋਟੀ ਜੋਗਾ ਨੀ ਹੈ। ਹੈ ਕਿਆ? ਕੁਛ ਵੀ ਨੀ, ਮਿੱਟੀ ਨੀ ਢੋਣੀ ਹੁਣ ਅਸੀਂ ਤੇ। ਹਾਂ ਬਾਬਾ ਜੀ, ਆ ਤਿੰਨ ਰਹਿ ਗਿਆ ਛਲਾਰੂ। ਉਹਨਾਂ ਨੇ ਲੱਗਦਾ ਸੁਬਾਹ ਪਾਣੀ ਨੀ ਪੀਤਾ ਹੈ। ਹਾਂਜੀ ਹਾਂਜੀ, ਸੁਬਾਹ ਭਾਜੀ ਨੀ, ਗਰਮੀ ਦੇ ਤੱਕ ਨੇ ਭੋਲਾ ਨੀ ਨਜ਼ਰ ਆਉਂਦਾ ਤੂੰ ਆਪੇ ਹੀ। ਹਾਂ ਇਹਨੂੰ ਇੱਥੇ ਸਿੱਧੀ ਪੱਧਰੀ ਕਾੜ ਕੇ ਨਾ। ਹੈਲੋ, ਆ ਇੱਥੇ ਅੱਗੇ ਨਾ ਨਾ ਸੁੱਟੋ ਆਪਣੇ ਪੈਰਾਂ ਵਾਲੀ ਜਗ੍ਹਾ ਤੋਂ, ਉਹਨੂੰ ਸਾਈਡ ਤੇ ਇੱਧਰ ਨਾ ਲਾ ਇਹ, ਤਾਂ ਕਿ ਬਿਲਕੁਲ ਬਰਾਬਰ ਹੋ ਜਾਵੇ ਉੱਧਰ। ਹਾਂ ਇੱਥੇ ਇਹ ਬਿਲਕੁਲ ਸਿੱਧੀ ਹੋ ਜਾਏਗੀ, ਫਿਰ ਇਸ ਤੋਂ ਸਫਾਈ ਮਾਰ ਦਾਂਗੇ ਦੀ। ਤੇ ਯਾਰ ਉਹ ਬਜਰੀ ਜੀ ਲਿਆਈਏ ਚੌਕੇ ਚ, ਨੀ ਮੈਂ ਤੇ ਤੈਨੂੰ ਅੱਗੇ ਕਹਿ ਰਿਹਾ ਵਾ। ਯਾਰ ਤੂੰ ਰਸ਼ਕਾ ਲੈ ਕੇ ਆਇਆ? ਰਕਸ਼ਾ ਮੰਗਵਾ ਲੈਣਾ ਵਾ ਮੈਂ। ਰਕਸ਼ਾ ਮੰਗਵਾ ਲਾ, ਬਹੁਣੇ ਚੱਲਦੇ ਰਹਿੰਦੇ, ਇਹ ਕਿਹੜੀ ਗੱਲ ਆ ਯਾਰ। ਚਲਾਉਣ ਵਾਲਾ ਵੀ ਕੋਈ ਰੋਲਾ ਨਹੀਂ ਆ, ਮੈਂ ਆਪ ਡਰਾਈਵਰ ਹਾਂ। ਤਾਂ ਮੈਨੂੰ ਵੀ ਆਉਂਦਾ ਚਲਾਉਣਾ, ਟੈਨਸ਼ਨ ਨਾ ਲੈ। ਹਾਂ ਐ ਵੇਖ ਨਾ, ਇੱਥੋਂ ਆਪਾਂ ਸਿੱਧੀ ਪੱਧਰੀ ਕਰ ਦਾਂਗੇ ਇਹਨੂੰ। ਹਾਂਜੀ, ਇੱਕ ਆਈਡੀਆ ਜਿਹਾ ਹੋ ਜਾਏਗਾ ਨਾ ਵੀ ਆਪਣਾ ਰੈਂਪ ਇੰਨਾ ਕੇ। ਹਾਂਜੀ ਭਾਜੀ, ਉਸ ਹਿਸਾਬ ਨਾਲ। ਠੀਕ ਹੋ ਗਿਆ, ਠੀਕ ਹੋ ਗਿਆ, ਟਾਈਮ ਇੰਨਾ ਕੀ ਹੋ ਗਿਆ, ਇੰਨਾ ਕੀ ਹੋ ਗਿਆ। ਉਹਨੇ ਬਥੇਰਾ ਜ਼ੋਰ ਲਾਇਆ ਸੀ ਸੀਮ, ਉਹ ਟਾਇਰ ਬਹਿ ਗਏ ਸੀ ਉੱਥੇ ਦੇ। ਇੱਧਰ ਕਿਉਂ ਵਾਰਦਾ ਸੀ ਇੱਧਰ? ਨਹੀਂ ਅਸੀਂ ਸਾਰੇ ਤਰੀਕੇ ਚੜਾ ਕੇ ਵੇਖੀ, ਨਹੀਂ ਚੜੀ ਹੈ ਉੱਤੇ। ਹੁਣ ਤਾਂ ਚੱਲ ਜੇਗੀ, ਹੁਣ ਤਾਂ ਰਾਹ ਬਣ ਗਿਆ। ਆ ਵੀ ਸਲੀਮ, ਆ ਕੰਮ ਯਸ ਮੈਸ ਕਰ ਦਿੱਤਾ, ਚੱਸ ਆ ਗਈ। ਹੈਂ ਹਾਂਜੀ ਭਾਜੀ, ਠੀਕ ਹੋ ਗਿਆ, ਪਰ ਤੂੰ ਵੀ ਪਸੀਨੋ ਪਸੀਨੀ ਤੇ ਹੋ ਗਿਆ। ਆਹੋ ਜੀ, ਹੈਂ ਆਹੋ ਬਿਲਕੁਲ ਜੀ। ਇਹ ਹੁਣੇ ਪਾਣੀ ਡੋਲਿਆ ਕਿ ਪਸੀਨਾ ਆ? ਇੱਧਰ ਮੇਰੇ ਵੱਲ ਮੂੰਹ ਕਰਕੇ ਦੱਸ ਜੀ, ਇਹ ਪਸੀਨਾ ਆਇਆ? ਅੱਛਾ ਹਾਂਜੀ, ਕਿਹੜਾ ਪਸੀਨਾ ਹੈ? ਪਾਣੀ ਪੀਤਾ ਸੀ ਨਾ, ਹਾਂ 2.5 ਲੀਟਰ, ਉਹੀ ਨਿਕਲਿਆ। ਨਹੀਂ ਨਹੀਂ ਭਾਈ, ਮਿਹਨਤ ਹੈ, ਕੁਸ਼ਤੀ ਹੋ ਜਾਵੇ। ਢਾ ਢਾ ਆਈ ਕੁੱਥੇ ਲੇਟਾ, ਚੱਕ ਕੇ ਚੱਕ ਕੇ ਹੂੰ ਬੱਲੇ ਹੂੰ, ਥੱਲੇ ਲਾ ਦੇ, ਥੱਲੇ ਥੱਲੇ ਲਾ ਦੇ। ਆ ਤੇਰੀ ਖੈਰ, ਇੱਕ ਵਾਰੀ ਹੋਰ।